ਸ਼ਾਮ ਦੀ ਗੱਲ ਹੈ ਜੀ, 9:30 ਦੀ ਟਾਈਮ ਦੀ ਮੈਂ ਉੱਥੇ ਰੇਲਵੇ ਸਟੇਸ਼ਨ 'ਤੇ ਬੈਠਾ ਸੀਗਾ। ਮੈਂ ਦੁਕਾਨ ਦਾ ਸਮਾਨ ਲੈਣ ਵੀ ਜਾਂਦਾ ਸੀ। ਮੈਨੂੰ ਉੱਥੇ ਸਾਡੀ ਛੋਟੀ ਵੱਡੀ ਕੁੜੀ ਨੇ ਸਕਰੀਨਸ਼ੋਟ ਲੈ ਕੇ ਫੋਟੋ ਪਾਈ, ਕਹਿੰਦੀ ਵੀ ਆਹ ਬੱਚਾ ਆਪਣਾ ਲੱਗਦਾ। ਅਤੇ ਉਸ ਟਾਈਮ ਜੀ ਮੈਂ ਉਸੇ ਭਰਜਾਈ ਨੂੰ ਫੋਨ ਲਾਇਆ ਵੀ ਬੱਚਾ ਆਪਣਾ ਹੈਗਾ, ਉਹਨੇ ਇਨਕਾਰ ਕਰਤਾ, ਕਹਿੰਦੀ ਨਹੀਂ ਨਹੀਂ ਉਹ ਤਾਂ ਮੈਂ ਵੀ ਆਪਦੇ ਪੇਕੇ ਘਰ ਛੱਡ ਰਹੀ ਸੀ। ਅੱਛਾ। ਅਤੇ ਉਦੋਂ ਬਾਅਦ ਅਸੀਂ ਵਾਰੀ ਵਾਰੀ ਫੋਨ ਲਾਉਂਦੇ ਰਹੇ ਵੀ ਦੱਸਦੇ। ਹੁਣ ਜਦੋਂ ਵਾਪਸੀ ਉੱਧਰ ਮੈਂ ਮਾਲ ਲੈ ਕੇ ਆ ਰਿਹਾ ਸੀਗਾ ਜੀ, ਅਤੇ ਉਸ ਟਾਈਮ ਜਟਾ ਇੱਥੇ ਆ ਗਿਆ ਸੀ, ਆਪਣੇ ਰਸਤੇ ਦੇ ਵਿੱਚ ਆ ਰਿਹਾ ਸੀਗਾ ਜਦੋਂ, ਅਤੇ ਰਸਤੇ ਵਿੱਚ ਮੈਨੂੰ ਫਿਰ ਫੋਨ ਕਰਿਆ ਕੁੜੀ ਨੇ ਵੀ ਕਹਿੰਦੀ ਬਈ ਆਪਣਾ ਬੱਚਾ ਹੈਗਾ। ਮੈਂ ਦੂਰੀ ਵਾਰ ਫਿਰ ਭਰਜਾਈ ਨੂੰ ਪੁੱਛਿਆ ਅਤੇ ਫਿਰ ਨਹੀਂ ਦੱਸਿਆ ਨਾ ਕੁਛ ਵੀ। ਜਦੋਂ ਲਾਸਟ ਕਾਲ ਹੁੰਦੀ ਸਾਡੀ, ਉਹਦੇ ਬਾਅਦ ਮੈਂ ਫਿਰ ਪੁੱਛਿਆ ਮੈਂ ਕਿਹਾ ਜੈਸਮੀਨ ਦੱਸ ਦੇ ਬਈ, ਅਤੇ ਮੈਨੂੰ ਨਹੀਂ ਦੱਸਿਆ, ਉਹ ਕੁੜੀ ਨੂੰ ਦੱਸਤਾ, ਕਹਿੰਦੀ ਵੀ ਆਪਣਾ ਆਗਮ ਜੋਤੀ ਹੈ। ਅਤੇ ਜਦੋਂ ਪੁੱਛਣ ਤੋਂ ਬਾਅਦ ਮੈਂ ਜਦੋਂ ਫਿਰ ਮੈਨੂੰ ਮੈਂ ਖੁਦ ਫੋਨ ਲਾਇਆ, ਮੈਂ ਕਿਹਾ ਜੈਸਮੀਨ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਇੰਨਾ ਟਾਈਮ, ਮੈਨੂੰ ਉੱਲੂ ਬਣਾਈ ਹੈਗੀ। ਅਤੇ ਕਹਿੰਦੀ ਬਈ ਆਪਣਾ ਆਗਮ ਜੋਤੀ ਹੈ। ਮੈਂ ਉਸ ਟਾਈਮ ਹੀ ਇੱਥੇ ਆਪਣੇ ਮਾਨਸਾ ਉਤਰ ਗਿਆ ਜੀ, ਮੈਂ ਗਾਹਾਂ ਤਲਬ ਡੀ ਵੀ ਬਠਿੰਡੇ ਵੀ ਨਹੀਂ ਗਿਆ ਜੀ, ਮੈਂ ਸਟੇਸ਼ਨ ਤੋਂ ਇੱਥੇ ਉਤਰ ਕੇ ਮੈਂ ਸਿੱਧਾ ਇੱਥੇ ਆਇਆ ਜੀ। ਫਿਰ ਮੈਨੂੰ ਪਤਾ ਲੱਗਿਆ ਜੀ। ਤੁਹਾਨੂੰ ਸ਼ੱਕ ਕਿਵੇਂ ਹੋਇਆ ਕਿ ਜਿਹੜਾ ਕੰਮ ਤੁਹਾਡੀ ਮਤਲਬ ਭਰਜਾਈ ਨੇ ਕੀਤਾ ਗਾ? ਸ਼ੱਕ ਉਹਦਾ ਆਪਣੇ ਇੱਕ ਉਹ ਮਿਲਿਆ ਜੀ, ਸ਼ੋਲ ਮਿਲਿਆ ਜੀ ਡੈੱਡ ਬੋਡੀ ਕੋਲੋਂ। ਅਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈਗਾ? ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਹੈ ਜੀ, ਅਤੇ ਚਾਚੀ ਦੀ ਡੈੱਥ ਹੋਈ ਹੋਈ ਹੈ ਜੀ, ਅਤੇ ਇਹ ਮੇਰਾ ਭਾਈ ਜੇਲ੍ਹ 'ਚ ਹੈਗਾ। ਇਹ ਦੋਨੇ ਰਹਿੰਦੇ, ਤਿੰਨੇ ਰਹਿੰਦੇ ਸੀ ਜਾਗਮ ਜੋਤ, ਅਤੇ ਮੇਰੀ ਭਰਜਾਈ ਜੀ, ਮੇਰਾ ਚਾਚਾ ਜੀ ਘਰ ਦੇ ਵਿੱਚ। ਕੀ ਕਾਰਨ ਕੀ ਲੱਗਦਾ ਵੀ ਇੱਕ ਬੱਚੇ ਨੂੰ ਇੱਦਾਂ ਮਾਰ ਦੇਣਾ? ਇਹ ਤਾਂ ਜੀ ਹੁਣ ਆਪਾਂ ਕੀ ਕਹਿ ਸਕਦੇ ਹਾਂ ਜੀ, ਮਾਂ ਪਿਓ ਦਾ ਮਾਂ ਪੁੱਤ ਦਾ ਰਿਸ਼ਤਾ ਸੀਗਾ, ਇਹਨਾਂ ਵਿਸ਼ਵਾਸ ਟੁੱਟ ਗਿਆ ਜੀ ਹੁਣ। ਪਰ ਨਹੀਂ ਦੇ ਰਿਹਾ ਸੀ, ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ, ਰੋਟੀ ਪਾਣੀ ਬੰਨੀ ਉਹ ਤਰਸਦੇ ਸੀ, ਐਂ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ, ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ, ਐਂ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ, ਲਾਈਟ ਹੈ ਨਹੀਂ ਸੀ, ਬੁਖਾਰ ਹੋ ਗਿਆ ਸੀ, ਮੈਨੂੰ ਐਂ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹਾਂ ਕਿਤੇ ਕੰਮ ਕਿਤੇ ਲੱਗ ਜੂੰਗੀ। ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ 'ਚ ਕਰਿਆ ਸਭ ਕੁਛ? ਨਹੀਂ ਇਹੋ ਜਿਹਾ ਕੁਛ ਨਹੀਂ ਆ, ਦੁਬਈ ਤਾਂ ਮੈਂ ਬਾਅਦ 'ਚੋਂ ਹੀ ਕਿਹਾ ਸੀ ਵੀ ਮੈਂ ਜਾਣਾ। ਜੋ ਇਹ ਕਤਲ ਕੀਤਾ ਪਛਤਾਵਾ ਹੋ ਰਿਹਾ ਹੁਣ? ਬਹੁਤ ਜ਼ਿਆਦਾ। ਕਿਵੇਂ ਕੀਤਾ, ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ? ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ, ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਲਏ? ਹੋਰ ਵੀ ਸੀ ਤੁਹਾਡੇ ਨਾਲ ਕੋਈ? ਨਹੀਂ ਹੋਰ ਕੋਈ ਨਹੀਂ ਸੀ। ਮਾਨਸਾ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ, ਤੁਸੀਂ ਮਾਰਿਆ ਕਿਸ ਤਰ੍ਹਾਂ? ਟੋਆ ਪੱਟ ਕੇ ਦੱਬਤਾ ਸੀ। ਇਹ ਮਾਰਿਆ ਕਿਵੇਂ, ਗਲਾ ਘੋਟਿਆ ਜਾਂ ਕੋਈ ਜ਼ਹਿਰ? ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ, ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ 'ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਦਿਲ ਨਹੀਂ ਕੰਬਿਆ ਇੱਕ ਵਾਰ ਵੀ? ਮੇਰਾ ਪੁੱਤਾਂ ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਗਏ ਵੀ ਮਰਨਾ। ਪਰ ਮਾਂ ਫਿਰ ਵੀ ਪੁੱਤ ਨੂੰ ਤਾਂ ਨਹੀਂ ਮਾਰ ਸਕਦੀ। ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ? ਨਹੀਂ ਮੇਰੇ ਪੇਕੇ ਪਰਿਵਾਰ ਨੂੰ ਨਹੀਂ ਸੀ ਪਤਾ। ਕਿੰਨਾ ਕੁ ਪਛਤਾਉਂਦੇ ਹੋ? ਬਹੁਤ ਜ਼ਿਆਦੇ। ਉਹਰੇ ਮਾਨਸਾ ਕੋਲ ਲੈ ਕੇ ਜਿਹੜੀ ਬੱਸ ਮਿਲ ਗਈ ਲੈ ਆਈ। ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ 'ਚ? ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ। ਇੱਥੇ ਆ ਕੇ ਮਾਨਸਾ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ? ਨਹੀਂ ਕਿਸੇ ਨਾਲ ਨਹੀਂ। ਕਾਰ ਦੇ ਵਿੱਚ ਲੈ ਗਏ ਸੀ ਮਾਨਸਾ? ਬੱਸ 'ਤੇ। Subscribe to One India channel and never miss an update.